ट्वीट सिद्धू साहब तेरे ट्वीटां तो भी हुण लोग अक गए ने। ठीक है तुसी ईमानदार लीडर होंगे, लोग मानदे आ भी तुसी ईमानदार लीडर हैगे आ, पर विच मानदे भी नहीं। चलो ठीक आ भी तुसी हैगे हो, गल तां इह आ सिद्धू साहब कल्ले ट्वीटां नाल नहीं चलना काम, ट्वीटां नाल तां इह हो रहा भी मुख्यमंत्री दी दौड़ लगी हुई है भाई, कैप्टन भी मुख्यमंत्री दी दौड़ च आ, तू भी आ, आही गल्लां सिद्धू साहब। पर असली काम ओदे होगा जिस दिन जिवें तुसी राज सभा तो अस्तीफा दिता सी ना, आहा एमएलए तो परे अस्तीफा दे के उथे सिंघू बार्डर ते जाके जे नहीं किसान यूनियन सानू बोलन दिंदी पिछे तंबू ला के बैठो, आपदे हजारां वर्कर उथे लेके जाओ, जिदे किसान अंदोलन जित गए उदे सानू लोग आप ही मुख्यमंत्री बना देणगे। सारे एमएलए नू 117 एमएलए नू कहना मैं, बाकी राज्यसभा मैंबरां नू भी कहना, 13 एमपीआं नू भी कहना, अस्तीफे छड दिओ, उद्दी सानू एमएलए मुख्यमंत्री सारिया वजीरियां मिल जाणगियां। हुण तुसी बंगाल च तां देख लिया किसानां दी सख्ती भरावो, सारे इंडिया च किसानां दीआं वोटां बिना कोई नहीं जित सकदा, इह गल्लां क्लीयर हो गईआं। आउण वाले टाइम च वड्डी सख्ती किसान ने, इस लई सानू सारिआं नू बेनती समझ लो, धमकी समझ लो, तुसी जे सारे लीडर अस्तीफे सट के किसानी अंदोलन लई कुछ करोंगे ना फिर गल बणू। इस टाइम बार्डरां ते ऐवें नहीं कहिंदे वी बाला घट कट्ठा, चलो थोड़ा मोटा घटियागा, उसे लीडर नू असीं मन जांगे जिहड़ा अज वी हजारां वर्कर उत्थे लै जूगा। ठीक है सानू सटे तुसी ऐ कह दिंदे वी असीं सटे ते बोलना, हुण तुसीं सारी उम्र किसानां नू सुणाउंदे आए हो, किसानां दीआं वी कुछ सुण लो, उहनां नू वी स्टेज ते बोल लैण दिओ। बाकी तुसीं कहिंदे हो तुहाडे चेहरे बहुत वड्डे, मैं वी कहिंदा तुहाडे चेहरे वड्डे आ, मीडिया तुहाडे पिछे फिरदा, जिथे बह जाओगे उथे स्टेज लग जूगी, ते तुसी एक काम करो आपदी उरे पानीपत स्टेज ला लो, उथे वर्कर लै जाओ, धुआं तां कढो मोदी दा, मेरी गल सुन लो, एक जे साडे कोल जमीना ना रहियां ना सानू काजू बदम किसे ने नहीं खवाउणे, किसे ने सानू चाह पानी नहीं पिआउणा, कोठियां तों रंग लै जू किसानां दी बुरी हालत होजू, किसे ने तुहाडे चमचे नहीं बनना, ना किसे ने कहना वी साडे पिंड लीडर आ गया, क्योंकि आमदन दा तां कोई स्रोत रहणे नहीं, ਭੁੱਖੇ ਮਰਦੇ ਹੋਣਗੇ, ਲੋਕ ਫੈਕਟਰੀਆਂ 'ਚ ਦਿਹਾੜੀਆਂ ਜਾਂਦੇ ਹੋਣਗੇ। ਹੁਣ ਸੋਨੂੰ ਜਿਵੇਂ ਜੱਟ ਕਿਸਾਨ ਡੀਕਦੇ ਵੀ ਉਹ ਲੀਡਰ ਆਊਗਾ, ਉਹਨੂੰ ਬਦਾਮ ਖਵਾਉਣੇ ਆ, ਥਾਈ 'ਚ ਇਕੱਠ ਕਰਨਾ, ਇਹ ਤਾਂ ਭੁੱਲ ਜਾਓ, ਇੱਥੇ ਫੈਕਟਰੀਆਂ 'ਚ ਹੋਵੋਗੇ, ਕਿਹਦੇ ਘਰਾਂ 'ਚ ਆ ਕੇ ਖੜੋਗੇ। ਉਹ ਜਦੋਂ ਜੱਟ ਕਿਸਾਨ ਹੀ ਨਾ ਰਹੇ, ਸਾਰਾ ਸਿਸਟਮ ਹੀ ਅਬਾਨੀ ਅਡਾਨੀ ਵਰਗੇ ਖੋ ਕੇ ਲੈ ਗਏ, ਫਿਰ ਤੁਹਾਡਾ ਬਣੂ ਕੀ, ਪਿੰਡ 'ਚ ਕਿਹਦੇ ਘਰੇ ਪੈਰ ਧਰੋਗੇ। ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਦਾ, ਅਬਾਨੀ ਅਡਾਨੀਆਂ ਨੂੰ ਵੀ ਕਹਿਣੀ ਚਾਹੁੰਦਾਗਾ ਵੀ ਭਾਈ ਜੇ ਤੁਸੀਂ ਸਾਰੇ ਦੇਸ਼ ਦੀ ਪ੍ਰਾਪਰਟੀ ਖਰੀਦ ਲਈ, ਸਾਰੇ ਨੰਗ ਮਲੰਗ ਕਰਦੇ, ਸੋਥੋ ਚੀਜ਼ਾਂ ਕੌਣ ਖਰੀਦੂਗਾ, ਉਹ ਸੜ ਦਿਓ ਜਿੰਨੀ ਕੁ ਖਰੀਦਣੀ ਖਰੀਦਣੀ, ਹੁਣ ਦੇਸ਼ ਨੂੰ ਬਖਸ਼ ਦਿਓ, ਓਏ ਬੁਰੀ ਹਾਲਤ ਕਰਤੀ, ਮੋਦੀ ਤਾਂ ਹੈਗਾ ਜਿਹਾ ਜਿਹਾ ਹੈਗਾ ਬਸਰਮ। ਆ ਮੇਰੀ ਵੀਡੀਓ ਸਿੱਧੂ ਸਾਹਿਬ ਕੋਲੇ ਪਹੁੰਚਦੀ ਕਰੋ, ਸਿੱਧੂ ਸਾਹਿਬ ਦੀ ਮੈਂ ਇੱਜ਼ਤ ਕਰਦਾ, ਐਂ ਟਵੀਟਾਂ ਨਾਲ ਸਾਨੂੰ ਵੀ ਲੋਕਾਂ ਨੇ ਕਹਿਣਾ ਤੁਸੀਂ ਰਾਜਨੀਤੀ ਖੇਡਦੇ ਹੋ। ਬਾਕੀ ਤੁਹਾਨੂੰ ਲੋਕ ਇਹ ਵੀ ਕਹੀ ਜਾਂਦੇ ਆ ਵੀ ਪਹਿਲਾਂ ਕਿਉਂ ਨਹੀਂ ਯਾਦ ਆਇਆ, ਅੱਜ ਹੀ ਕਿਉਂ ਵੋਟਾਂ ਦੇ ਨੇੜੇ ਆ ਕੇ ਤੁਹਾਨੂੰ ਯਾਦ ਆਇਆ। ਠੀਕ ਆ ਤੁਹਾਨੂੰ ਮੈਂ ਕਹਿ ਦਿੰਦਾ ਵੀ ਚੱਲ ਤੁਹਾਡੇ ਪਹਿਲਾਂ ਵੀ ਯਾਦ ਹੋਊ, ਕਿਉਂਕਿ ਤੁਸੀਂ ਪਹਿਲਾਂ ਵੀ ਸਰਕਾਰ ਦੀ ਵਿਰੋਧ ਤਾਂ ਉਦੋਂ ਹੀ ਕਰਦੇ ਹੋਣੇ, ਮੈਂ ਮੰਨਦਾ, ਇਮਾਨਦਾਰ ਲੀਡਰ ਵੀ ਮੰਨਦਾ, ਪਰ ਸੁਣ ਦੇ ਭਗਵੰਤ ਮਾਨ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਆ ਜਾਓ, ਹੱਥ ਜੋੜ ਕੇ ਬੇਨਤੀ ਆ, ਤੁਸੀਂ ਜੇ ਇਮਾਨਦਾਰ ਲੀਡਰ ਹੋ ਨਾ, ਜੇ ਦੋਨਾਂ ਤੋਂ ਆਸ ਆ, ਚੱਲ ਬਾਕੀ ਸਾਰੇ ਲੀਡਰਾਂ ਨੂੰ ਲੋਕ ਕਹਿੰਦੇ ਵੀ ਗਲਤ ਆ, ਤੇ ਤੁਸੀਂ ਤਾਂ ਆ ਜਾਓ, ਤੁਸੀਂ ਤਾਂ ਉਹਦੇ ਪਾਣੀਪਤ ਸਟੇਜ ਲਾ ਲਓ, ਜੇ ਨਹੀਂ ਤੁਹਾਨੂੰ ਕਿਸਾਨ ਯੂਨੀਅਨ ਉੱਥੇ ਬਣ ਦਿੰਦੀ। ਅੱਜ ਬਾਰਡਰਾਂ ਤੇ ਕੱਠ ਕਰਨ ਦੀ ਲੋੜ ਆ, 3.5 ਕਰੋੜ ਪੰਜਾਬੀ ਨੇ, ਜੇ ਅੱਜ ਵੀ 10 ਲੱਖ ਪੰਜਾਬੀ ਉੱਥੇ ਬਹਿ ਜਾਣ, 25 ਦਿਨ ਨਹੀਂ ਚੱਲਦੀ ਮੋਦੀ ਸਰਕਾਰ। ਉਹ ਬੰਗਾਲ 'ਚ ਇੰਨੀ ਬੁਰੀ ਤਰ੍ਹਾਂ ਹਾਰ ਗਈ, ਹੋਰ ਸੂਬਿਆਂ 'ਚ ਹਾਰਨ ਦੀ ਤਿਆਰੀ ਆ, ਸਾਰੇ ਦੇਸ਼ 'ਚੋਂ ਬੀਜੇਪੀ ਸਰਕਾਰ ਦਾ ਸਫਾਇਆ ਹੋਣ ਦੀ ਤਿਆਰੀ ਆ। ਤਾਂ ਤੁਹਾਨੂੰ ਮੈਂ ਕਹਿਣਾਗਾ ਵੀ ਹੁਣ ਤਾਂ ਆਪਾਂ 20 ਦਿਨਾਂ 'ਚ ਅੰਦੋਲਨ ਜਿੱਤ ਜਾਵਾਂਗੇ, ਆ ਜਾਓ ਇਕੱਠੇ ਹੋ ਕੇ ਹੰਬਲਾ ਮਾਰ ਕੇ ਫਿਰ ਉੱਥੇ ਚੱਲੀਏ, ਜੇ ਜ਼ਮੀਨਾਂ ਨਾਲ ਪੱਲੇ ਰਹੀਆਂ ਤਾਂ ਕੁਛ ਨਹੀਂ ਰਹਿਣਾ। ਹੁਣ ਅਸੀਂ ਤਾਂ ਭਰਾਵੋ ਪਿੰਡ ਆਪਦੀਆਂ ਸਾਰੇ ਬੰਦੇ ਜਿੰਨੇ ਵੀ ਉੱਥੇ ਬਾਰਡਰਾਂ ਤੋਂ ਆਏ ਆ, ਪਹਿਲਾਂ ਬਾਰਡਰਾਂ 'ਤੇ ਉਹ ਕਣਕ ਤੂੜੀਆਂ ਸਾਂਭਣ ਆਏ ਸੀ, ਦੁਬਾਰੇ ਫਿਰ ਤਿਆਰੀ ਆ, ਪਹਿਲਾਂ ਵੀ ਜਥਾ ਲੈ ਕੇ ਗਏ ਆ ਸਨਾਣੇ ਤੋਂ, ਦੁਬਾਰੇ ਫਿਰ ਤਿਆਰੀ ਆ ਜਥੇ ਲਿਜਾਣ ਦੀ, ਅਸੀਂ ਤਾਂ ਆਉਣ ਜਾਣ ਬਣੀ ਰਹੂਗਾ। ਪਰ ਤੁਸੀਂ ਲੀਡਰ ਹੋ, ਜਿਹੜੇ ਲੀਡਰ ਸਾਨੂੰ ਅਸੀਂ ਕਹਿੰਦੇ ਸੀ, ਅਸੀਂ ਤੁਹਾਨੂੰ ਸਮਝਦੇ ਸੀ ਵੀ ਸਾਡੀ ਹੈ ਸਾਰਾ ਕੁਛ, ਸਭ ਕੁਛ ਸੁਣਨੇ ਹੀ ਸਮਝਦੇ ਸੀ, ਹੁਣ ਤੁਸੀਂ ਦੱਸੋ ਕੀ ਕਰੋਗੇ। ਧੰਨਵਾਦ ਜੀ, ਇਹੀ ਗੱਲਾਂ ਬਾਤਾਂ, ਵੀਡੀਓ ਵਧੀਆ ਲੱਗੀ ਸਿੱਧੂ ਦੇ ਘਰੇ ਬਾੜ ਦਿਓ, ਨਹੀਂ ਡਿਲੀਟ ਕਰ ਦਿਓ। ਟਵੀਟ ਸਿੱਧੂ ਸਾਹਿਬ ਤੇਰੇ ਟਵੀਟਾਂ ਤੋਂ ਵੀ ਹੁਣ ਲੋਕ ਅੱਕ ਗਏ ਨੇ। ਠੀਕ ਆ ਤੁਸੀਂ ਇਮਾਨਦਾਰ ਲੀਡਰ ਹੋਵੋਗੇ, ਲੋਕ ਮੰਨਦੇ ਆ ਵੀ ਤੁਸੀਂ ਇਮਾਨਦਾਰ ਲੀਡਰ ਹੈਗੇ ਆ, ਪਰ ਵਿੱਚ ਮੰਨਦੇ ਵੀ ਨਹੀਂ। ਚਲੋ ਠੀਕ ਆ ਵੀ ਤੁਸੀਂ ਹੈਗੇ ਹੋ,
गल तो यह आ सिद्धू साहब कले ट्वीटा नाल नहीं चलना काम, ट्वीटा नाल तो यह हो रहा भी मुख्यमंत्री की दौड़ लगी हुई है भाई, कैप्टन भी मुख्यमंत्री की दौड़ चा तू भी आ आही गल्लां सिद्धू साहब। पर असली काम उदे होगा जिस दिन जिवें तुसी राज सभा तो अस्तीफा दिता सी ना आह MLA तो परे अस्तीफा दे के उत्थे सिंघू बार्डर ते जाके जे नहीं किसान यूनियन सानू बोलन दिंदी पिछे तंबू ला के बैठो आपदे हजारां वर्कर उत्थे लेके जाओ जिदे किसान अंदोलन जित गए उदे सानू लोग आप ही मुख्यमंत्री बना देणगे। सारे MLA नू 117 MLA नू कहना मैं, बाकी राज सभा मैंबरां नू भी कहना, 13 MP नू भी कहना अस्तीफे छड़ दो, ਉਦੀ ਸੋਨੂੰ MLA ਮੁੱਖਮੰਤਰੀ ਸਾਰੀਆਂ ਵਜ਼ੀਰੀਆਂ ਮਿਲ ਜਾਣਗੀਆਂ। ਹੁਣ ਤੁਸੀਂ ਬੰਗਾਲ ਚ ਤਾਂ ਦੇਖ ਲੈ ਕਿਸਾਨਾਂ ਦੀ ਸ਼ਕਤੀ ਭਰਾਵੋ, ਸਾਰੇ ਇੰਡੀਆ ਚ ਕਿਸਾਨਾਂ ਦੀਆਂ ਵੋਟਾਂ ਬਿਨਾਂ ਕੋਈ ਨਹੀਂ ਜਿੱਤ ਸਕਦਾ, ਇਹ ਗੱਲਾਂ ਕਲੀਅਰ ਹੋ ਗਈਆਂ। ਆਉਣ ਵਾਲੇ ਟਾਈਮ ਚ ਵੱਡੀ ਸ਼ਕਤੀ ਕਿਸਾਨ ਨੇ, ਇਸ ਲਈ ਸੋਨੂੰ ਸਾਰਿਆਂ ਨੂੰ ਬੇਨਤੀ ਸਮਝ ਲਓ, ਧਮਕੀ ਸਮਝ ਲਓ, ਤੁਸੀਂ ਜੇ ਸਾਰੇ ਲੀਡਰ ਅਸਤੀਫੇ ਸਿੱਟ ਕੇ ਕਿਸਾਨੀ ਅੰਦੋਲਨ ਲਈ ਕੁਛ ਕਰੋਗੇ ਨਾ ਫੇਰ ਗੱਲ ਬਣੂ। ਇਸ ਟਾਈਮ ਬਾਰਡਰਾਂ ਤੇ ਐਂ ਵੀ ਨਹੀਂ ਕਹਿੰਦੇ ਵੀ ਬਾਹਲਾ ਘੱਟ ਇਕੱਠਾ, ਚਲੋ ਥੋੜਾ ਮੋਟਾ ਘਟਿਆਗਾ, ਉਸੇ ਲੀਡਰ ਨੂੰ ਅਸੀਂ ਮੰਨ ਜਾਂਗੇ ਜਿਹੜਾ ਅੱਜ ਵੀ ਹਜ਼ਾਰਾਂ ਵਰਕਰ ਉੱਥੇ ਲੈ ਜੂਗਾ। ਠੀਕ ਆ ਤੁਹਾਨੂੰ ਸਟੇਜ, ਤੁਸੀਂ ਐਂ ਕਹਿੰਦੇ ਨੇ ਵੀ ਅਸੀਂ ਸਟੇਜ ਤੇ ਬੋਲਣਾ, ਹੁਣ ਤੁਸੀਂ ਸਾਰੀ ਉਮਰ ਕਿਸਾਨਾਂ ਨੂੰ ਸੁਣਾਉਂਦੇ ਆਏ ਹੋ, ਕਿਸਾਨਾਂ ਦੀਆਂ ਵੀ ਕੁਛ ਸੁਣ ਲਓ, ਉਹਨਾਂ ਨੂੰ ਵੀ ਸਟੇਜ ਤੇ ਬੋਲ ਲੈਣ ਦਿਓ। ਬਾਕੀ ਤੁਸੀਂ ਕਹਿੰਦੇ ਤੁਹਾਡੇ ਚਿਹਰੇ ਬਹੁਤ ਵੱਡੇ, ਮੈਂ ਵੀ ਕਹਿੰਦਾ ਤੁਹਾਡੇ ਚਿਹਰੇ ਵੱਡੇ ਆ, ਮੀਡੀਆ ਤੁਹਾਡੇ ਪਿੱਛੇ ਫਿਰਦਾ, ਜਿੱਥੇ ਬਹਿ ਜਾਓਗੇ ਉੱਥੇ ਸਟੇਜ ਲੱਗ ਜੂਗੀ, ਤੇ ਤੁਸੀਂ ਇਹ ਕੰਮ ਕਰੋ ਆਪਦੀ ਉਰੇ ਪਾਣੀਪਤ ਸਟੇਜ ਲਾ ਲਓ, ਉੱਥੇ ਵਰਕਰ ਲੈ ਜਾਓ, ਧੂਆਂ ਤਾਂ ਕੱਢੋ ਮੋਦੀ ਦਾ। ਮੇਰੀ ਗੱਲ ਸੁਣ ਲਓ ਇੱਕ, ਜੇ ਸਾਡੇ ਕੋਲ ਜ਼ਮੀਨਾਂ ਨਾ ਰਹੀਆਂ ਨਾ ਤੁਹਾਨੂੰ ਕਾਜੂ ਬਦਾਮ ਕਿਸੇ ਨੇ ਨਹੀਂ ਖਵਾਉਣੇ, ਕਿਸੇ ਨੇ ਤੁਹਾਨੂੰ ਚਾਹ ਪਾਣੀ ਨਹੀਂ ਪਿਆਉਣਾ, ਕੋਠੀਆਂ ਤੋਂ ਰੰਗ ਲੈ ਜੂ ਕਿਸਾਨਾਂ ਦੀ ਬੁਰੀ ਹਾਲਤ ਹੋ ਜੂ, ਕਿਸੇ ਨੇ ਤੁਹਾਡੇ ਚਮਚੇ ਨਹੀਂ ਬਣਨਾ, ਨਾ ਕਿਸੇ ਨੇ ਕਹਿਣਾ ਵੀ ਸਾਡੇ ਪਿੰਡ ਲੀਡਰ ਆ ਗਿਆ, ਕਿਉਂਕਿ ਆਮਦਨ ਦਾ ਤਾਂ ਕੋਈ ਸਰੋਤ ਰਹਿਣੇ ਨਹੀਂ, ਭੁੱਖੇ ਮਰਦੇ ਹੋਣਗੇ, ਲੋਕ ਫੈਕਟਰੀਆਂ 'ਚ ਦਿਹਾੜੀਆਂ ਜਾਂਦੇ ਹੋਣਗੇ। ਹੁਣ ਤੁਹਾਨੂੰ ਜਿਵੇਂ ਜੱਟ ਕਿਸਾਨ ਡੀਕਦੇ ਵੀ ਉਹ ਲੀਡਰ ਆਊਗਾ, ਉਹਨੂੰ ਬਦਾਮ ਖਵਾਉਣੇ ਆ, ਥਾਈ 'ਚ ਇਕੱਠ ਕਰਨਾ, ਇਹ ਤਾਂ ਭੁੱਲ ਜਾਓ, ਇਹ ਤਾਂ ਫੈਕਟਰੀਆਂ 'ਚ ਹੋਵੋਗੇ, ਕਿਹਦੇ ਘਰਾਂ 'ਚ ਆ ਕੇ ਖੜੋਗੇ। ਉਹ ਜਦੋਂ ਜੱਟ ਕਿਸਾਨ ਹੀ ਨਾ ਰਹੇ, ਸਾਰਾ ਸਿਸਟਮ ਹੀ ਅਬਾਨੀ ਅਡਾਨੀ ਵਰਗੇ ਖੋ ਕੇ ਲੈ ਗਏ, ਫਿਰ ਤੁਹਾਡਾ ਬਣੂ ਕੀ, ਪਿੰਡ 'ਚ ਕਿਹਦੇ ਘਰੇ ਪੈਰ ਧਰੋਗੇ। ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਦਾ, ਅਬਾਨੀ ਅਡਾਨੀਆਂ ਨੂੰ ਵੀ ਕਹਿਣੀ ਚਾਹੁੰਦਾਗਾ ਵੀ ਭਾਈ ਜੇ ਤੁਸੀਂ ਸਾਰੇ ਦੇਸ਼ ਦੀ ਪ੍ਰਾਪਰਟੀ ਖਰੀਦ ਲਈ, ਸਾਰੇ ਨੰਗ ਮਲੰਗ ਕਰਦੇ, ਸੋਥੋਂ ਚੀਜ਼ਾਂ ਕੌਣ ਖਰੀਦੂਗਾ, ਉਹ ਸੜ ਦਿਓ ਜਿੰਨੀ ਕੁ ਖਰੀਦਣੀ ਖਰੀਦ ਲਈ, ਹੁਣ ਦੇਸ਼ ਨੂੰ ਬਖਸ਼ ਦਿਓ। ਓਏ ਬੁਰੀ ਹਾਲਤ ਕਰਤੀ, ਮੋਦੀ ਤਾਂ ਹੈਗਾ ਜਿਹਾ ਜਿਹਾ ਹੈਗਾ ਬਸਰਮ। ਆ ਮੇਰੀ ਵੀਡੀਓ ਸਿੱਧੂ ਸਾਹਿਬ ਕੋਲੇ ਪਹੁੰਚਦੀ ਕਰੋ, ਸਿੱਧੂ ਸਾਹਿਬ ਦੀ ਮੈਂ ਇੱਜ਼ਤ ਕਰਦਾ, ਐਂਟਵੀਟਾ ਨਾਲ ਤੁਹਾਨੂੰ ਵੀ ਲੋਕਾਂ ਨੇ ਕਹਿਣਾ ਤੁਸੀਂ ਰਾਜਨੀਤੀ ਖੇਡਦੇ ਹੋ। ਬਾਕੀ ਤੁਹਾਨੂੰ ਲੋਕ ਇਹ ਵੀ ਕਹੀ ਜਾਂਦੇ ਆ ਵੀ ਪਹਿਲਾਂ ਕਿਉਂ ਨਹੀਂ ਯਾਦ ਆਇਆ, ਅੱਜ ਹੀ ਕਿਉਂ ਵੋਟਾਂ ਦੇ ਨੇੜੇ ਆ ਕੇ ਤੁਹਾਨੂੰ ਯਾਦ ਆਇਆ। ਠੀਕ ਆ, ਤੁਹਾਨੂੰ ਮੈਂ ਕਹਿ ਦਿੰਦਾ ਵੀ ਚੱਲ ਤੁਹਾਡੇ ਪਹਿਲਾਂ ਵੀ ਯਾਦ ਹੋਊ, ਕਿਉਂਕਿ ਤੁਸੀਂ ਪਹਿਲਾਂ ਵੀ ਸਰਕਾਰ ਦੀ ਵਿਰੋਧ ਤਾਂ ਉਦੋਂ ਦੀ ਕਰਦੇ ਹੋਣੇ, ਮੈਂ ਮੰਨਦਾ, ਇਮਾਨਦਾਰ ਲੀਡਰ ਵੀ ਮੰਨਦਾ। ਪਰ ਤੁਹਾਨੂੰ ਤੇ ਭਗਵੰਤ ਮਾਨ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਆ ਜਾਓ, ਹੱਥ ਜੋੜ ਕੇ ਬੇਨਤੀ ਆ, ਤੁਸੀਂ ਜੇ ਇਮਾਨਦਾਰ ਲੀਡਰ ਹੋ ਨਾ, ਜੇ ਦੋਨਾਂ ਤੋਂ ਆਸ ਆ, ਚੱਲ ਬਾਕੀ ਸਾਰੇ ਲੀਡਰਾਂ ਨੂੰ ਲੋਕ ਕਹਿੰਦੇ ਵੀ ਗਲਤ ਆ, ਤੇ ਤੁਸੀਂ ਤਾਂ ਆ ਜਾਓ, ਤੁਸੀਂ ਤਾਂ ਉਹਦੇ ਪਾਣੀਪਤ ਸਟੇਜ ਲਾ ਲਓ, ਜੇ ਨਹੀਂ ਤੁਹਾਨੂੰ ਕਿਸਾਨ ਯੂਨੀਅਨ ਉੱਥੇ ਬਣ ਦਿੰਦੀ। ਅੱਜ ਬਾਰਡਰਾਂ ਦੇ ਇਕੱਠ ਕਰਨ ਦੀ ਲੋੜ ਆ, 3.5 ਕਰੋੜ ਪੰਜਾਬੀ ਨੇ, ਜੇ ਅੱਜ ਵੀ 10 ਲੱਖ ਪੰਜਾਬੀ ਉੱਥੇ ਬਹਿ ਜਾਣ, 25 ਦਿਨ ਨਹੀਂ ਚੱਲਦੀ ਮੋਦੀ ਸਰਕਾਰ। ਉਹ ਬੰਗਾਲ 'ਚ ਇੰਨੀ ਬੁਰੀ ਤਰ੍ਹਾਂ ਹਾਰ ਗਈ, ਹੋਰ ਸੂਬਿਆਂ 'ਚ ਹਾਰਨ ਦੀ ਤਿਆਰੀ ਆ, ਸਾਰੇ ਦੇਸ਼ 'ਚੋਂ BJP ਸਰਕਾਰ ਦਾ ਸਫਾਇਆ ਹੋਣ ਦੀ ਤਿਆਰੀ ਆ। ਤਾਂ ਤੁਹਾਨੂੰ ਮੈਂ ਕਹਿਣਾ ਗਾ ਵੀ ਹੁਣ ਤਾਂ ਆਪਾਂ 20 ਦਿਨਾਂ 'ਚ ਅੰਦੋਲਨ ਜਿੱਤ ਜਾਂਗੇ, ਆ ਜਾਓ ਇਕੱਠੇ ਹੋ ਕੇ ਹੰਬਲਾ ਮਾਰ ਕੇ ਫਿਰ ਉੱਥੇ ਚੱਲੀਏ। ਜੇ ਜ਼ਮੀਨਾਂ ਨਾਲ ਪੱਲੇ ਰਹੀਆਂ ਤਾਂ ਕੁਛ ਨਹੀਂ ਰਹਿਣਾ। ਹੁਣ ਅਸੀਂ ਤਾਂ ਭਰਾਵੋ ਪਿੰਡ ਆਪਦੀਆਂ ਸਾਰੇ ਬੰਦੇ ਜਿੰਨੇ ਵੀ ਉੱਥੋਂ ਬਾਰਡਰਾਂ ਤੋਂ ਆਏ ਆ, ਪਹਿਲਾਂ ਬਾਰਡਰਾਂ 'ਚ ਉਹ ਕਣਕ ਤੂੜੀਆਂ ਸਾਂਭਣ ਆਏ ਸੀ, ਦੁਬਾਰੇ ਫਿਰ ਤਿਆਰੀ ਆ। ਪਹਿਲਾਂ ਵੀ ਜਥਾ ਲੈ ਕੇ ਗਏ ਆ ਸਿਧਾਣੇ ਤੋਂ, ਦੁਬਾਰੇ ਫਿਰ ਤਿਆਰੀ ਆ ਜਥੇ ਲਿਜਾਣ ਦੀ। ਅਸੀਂ ਤਾਂ ਆਉਣ ਜਾਣ ਬਣੀ ਰਹੂਗਾ, ਪਰ ਤੁਸੀਂ ਲੀਡਰੋ ਜਿਹੜੇ ਲੀਡਰ ਸਾਨੂੰ ਅਸੀਂ ਕਹਿੰਦੇ ਸੀ, ਅਸੀਂ ਤੁਹਾਨੂੰ ਸਮਝਦੇ ਸੀ ਵੀ ਸਾਡੀ ਹੈ ਸਾਰਾ ਕੁਛ, ਸਭ ਕੁਛ ਸੁਣਨੇ ਹੀ ਸਮਝਦੇ ਸੀ, ਹੁਣ ਤੁਸੀਂ ਦੱਸੋ ਕੀ ਕਰੋਗੇ। ਧੰਨਵਾਦ ਜੀ, ਇਹੀ ਗੱਲਾਂ ਬਾਤਾਂ। ਵੀਡੀਓ ਵਧੀਆ ਲੱਗੀ ਸਿੱਧੂ ਦੇ ਘਰੇ ਬਾੜ ਦਿਓ, ਨਹੀਂ ਡਿਲੀਟ ਕਰ ਦਿਓ।